ਪ੍ਰਾਈਮਸ਼ੀਅਰ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਆਨੰਦਪ੍ਰੀਤ ਸਿੰਘ ਤੇ ਪ੍ਰੋਗਰਾਮ ਦਾ ਨਾਮ ਹੈ ਜੀ ਪ੍ਰਾਈਮ ਡਿਸਕਸ਼ਨ ਤੇ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਆਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਅੱਜ ਸਹੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਹੁਰਾ ਦਾ ਜਨਮ ਦਿਨ ਹੈ ਤੇ ਉਸ ਉਸ ਜਨਮ ਦਿਹਾੜੇ ਮੌਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਜਿਹੜੇ ਉਹ ਕਿਤੇ ਜਾ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਅੱਜ ਦੇ ਦਿਨ ਨੂੰ ਤੇ ਕੀ ਕੁਝ ਕਹਿਣਾ ਚਾਹੋਗੇ ਅੱਜ ਦੇ ਇਸ ਵਿਸ਼ੇਸ਼ ਦਿਨ ਤੇ ਅਨੰਦਪ੍ਰੀਤ ਜੀ ਸ਼ਹੀਦ ਭਗਤ ਸਿੰਘ ਸਾਡੇ ਦੇਸ਼ ਦੀ ਆਜ਼ਾਦੀ ਲਹਿਰ ਦੇ ਲਾਸਾਨੀ ਸ਼ਹੀਦ ਸੀ ਉਹਨਾਂ ਵਰਗਾ ਮਾਣ ਤਾਣ ਸਾਰੇ ਭਾਰਤ ਵਿੱਚ ਹੋਰ ਕਿਸੇ ਆਜ਼ਾਦੀ ਲਹਿਰ ਦੇ ਸ਼ਹੀਦ ਨੂੰ ਨਹੀਂ ਮਿਲ ਸਕਿਆ ਜੀ ਉਹਦਾ ਕਈਆਂ ਦਾ ਆਪਣਾ ਵਿਲੱਖਣ ਥਾਂ ਹੈ ਕਰਤਾਰ ਸਿੰਘ ਸਰਾਭਾ ਦਾ ਬਹੁਤ ਮਾਣ ਹੈ ਨੇਤਾ ਜੀ ਸੁਭਾਸ਼ ਚंद्र ਬੋਸ ਦਾ ਨਾਮ ਲੈ ਕੇ ਵੀ ਲੋਕੀ ਜੋਸ਼ ਵਿੱਚ ਆ ਜਾਂਦੇ ਆ ਚੰਦਰ ਸ਼ੇਖਰ ਆਜ਼ਾਦ ਹੈ ਪਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਿਹੜੀ ਸ਼ਹੀਦੀ ਉਹ ਬਾਕੀ ਸਾਰਿਆਂ ਤੋਂ ਵੱਖਰੀ ਸੀ ਉਹ ਇਸ ਕਰਕੇ ਵੀ ਕਿ ਉਹਨਾਂ ਨੇ ਨਾਲ ਇੱਕ ਸਿਧਾਂਤਕ ਲੜਾਈ ਲੜੀ ਸੀ ਅਦਾਲਤ ਦੇ ਕਟਾਰੇ 'ਚ ਖਲੋ ਕੇ ਗੋਰਿਆਂ ਦੀ ਅਦਾਲਤ ਤੇ ਗੋਰਿਆਂ ਨੂੰ ਉਹਨੇ ਸਾਰੀ ਦੁਨੀਆ ਦੇ ਸਾਹਮਣੇ ਠਠ ਕਰ ਦਿੱਤਾ ਸੀ ਕਿ ਤੁਸੀਂ ਸਾਡੇ 'ਤੇ ਦੋਸ਼ ਲਾਉਂਦੇ ਹੋ ਕਿ ਅਸੀਂ ਤੁਹਾਡੀ ਸਰਕਾਰ ਦੇ ਖਿਲਾਫ ਚੱਲੇ ਆਂ ਕਿੜੇ ਤੁਹਾਡੀ ਸਰਕਾਰ ਦੇਸ਼ ਤੁਹਾਡਾ ਤੇ ਸਰਕਾਰ ਇਥੇ ਤੁਹਾਡੇ ਚੱਲੇਗੀ ਇਹ ਜਾਇਜ਼ ਕਿਸਰਾ ਹੋ ਸਕਦੀ ਹੈ ਔਰ ਉਹਨੇ ਵਿਚਾਰਕ ਧਾਰਕ ਲੜਾਈ ਲੜੀ ਸੀ ਬਹੁਤੇ ਲੋਕ ਭਗਤ ਸਿੰਘ ਨੂੰ ਬੰਬ ਬੰਦੂਕਾਂ ਵਾਲਾ ਤੇ ਮੁੱਛਾਂ ਨੂੰ ਤਾ ਦੇਣ ਵਾਲਾ ਹੀ ਸਮਝਦੇ ਜੀ ਇਹ ਨਾ ਸਮਝੀ ਭਗਤ ਸਿੰਘ ਕਿਤਾਬਾਂ ਪੜ੍ਹਨ ਵਾਲਾ ਸੀ ਬੜੇ ਰੋਸ਼ਨ ਮੱਥੇ ਵਾਲਾ ਸੂਝਵਾਨ ਵਿਚਾਰਾਂ ਵਾਲਾ ਸੀ ਜਾਤ ਪਾਤ ਤੋਂ ਉੱਪਰ ਸੀ ਧਰਮਾਂ ਦੇ ਜਿਹੜੇ ਫਰਕ ਨੇ ਉਹਨਾਂ ਤੋਂ ਉੱਪਰ ਸੀ ਉਹ ਤੇ ਬਟੁਕੇਸ਼ਵਰ ਦੱਤ ਦੋਵੇਂ ਆਪਸ ਵਿੱਚ ਇਕੋ ਸੰਸਥਾ ਨੌਜਵਾਨ ਭਾਰਤ ਸਭਾ ਦੇ ਲੀਡਰ ਦੇ ਤੌਰ ਤੇ ਇਹਨੇ ਇੱਕ ਮਿਕਸ ਸੀ ਕਿ ਲੋਕੀ ਭਗਤ ਸਿੰਘ ਨੂੰ ਹੀ ਭਗਤ ਸਿੰਘ ਦੱਤ ਕਹਿਣ ਲੱਗ ਪਏ ਸਨ ਔਰ 12 ਚਲਪੀਆਂ ਸੀ ਭਗਤ ਸਿੰਘ ਦੱਤ ਯਾਰੋ ਜਿਨ੍ਹਾਂ ਰੱਖ ਲਈ ਦੇਸ਼ ਦੀ ਪਾਤ ਯਾਰੋ ਜੀ ਕਈ ਪੁਰਾਣੇ ਬਜ਼ੁਰਗ ਅਜੇ ਵੀ ਕਹਿੰਦੇ ਲੋ ਦੱਤੋ ਰੀ ਫਾਂਸੀ ਚੜ ਗਏ ਬਟੁਕੇਸ਼ਵਰ ਦੱਤ ਫਾਂਸੀ ਨੇ ਸੀ ਚੜਿਆ ਭਗਤ ਸਿੰਘ ਫਾਂਸੀ ਚੜਿਆ ਸੀ ਪਰ ਭਗਤ ਸਿੰਘ ਤੇ ਦੱਤ ਦੇ ਨਾਮ ਇਕੱਠੇ ਚੱਲਦੇ ਕਰਕੇ ਪੁਰਾਣੇ ਕਈ ਬਜ਼ੁਰਗ ਅਜੇ ਤੱਕ ਭਗਤ ਸਿੰਘ ਦੱਤ ਆਖ ਹੀ ਜਾਂਦੇ ਆ ਉਹਦੀ ਕੁਰਬਾਨੀ ਸੀ ਉਹਦੇ ਨਾਲ ਦੋ ਜਣੇ ਹੋਰ ਚੜੇ ਸਨ ਫਾਂਸੀ ਖੱਬੇ ਸੱਜੇ ਖਲੋਤੇ ਸਨ ਸ਼ਹੀਦ ਸੁਖਦੇਵ ਤੇ ਸ਼ਹੀਦ ਰਾਜਗੁਰੂ ਉਹਨਾਂ ਦੀ ਕੁਰਬਾਨੀ ਵੀ ਬਹੁਤ ਸੀ ਹੁਣ ਅੱਜ ਦੇ ਦਿਨ ਤੇ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਦੇ ਪਏ ਆ ਇੱਕ ਤਾਂ ਉਹਨਾਂ ਦੇ ਵਿਚਾਰਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਇਸ ਦੇਸ਼ ਵਾਸਤੇ ਜਿਹੜੀ ਕੁਰਬਾਨੀ ਉਹਨਾਂ ਨੇ ਕਾਲੀ ਉਹਨੂੰ ਯਾਦ ਰੱਖਣਾ ਚਾਹੀਦਾ ਦੂਸਰੀ ਗੱਲ ਇਹ ਆ ਕਿ ਇਸ ਮੌਕੇ ਦੇ ਉੱਤੇ ਅੱਜ ਕੁਝ ਚੰਗੀਆਂ ਗੱਲਾਂ ਹੋਈਆਂ ਨੇ ਉਹਨਾਂ ਚੰਗੀਆਂ ਗੱਲਾਂ 'ਚੋਂ ਇੱਕ ਏ ਕੇ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜ ਇੰਟਰਨੈਸ਼ਨਲ 에ਰਪੋਰਟ ਹੈ ਬੜੇ ਚਿਰਾਂ ਦੀ ਮੰਗ ਸੀ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਦੇ ਉੱਤੇ ਇਸਪੋਰਟ 에ਰਪੋਰਟ ਦਾ ਨਾਂ ਕਰ ਦਿੱਤਾ ਜਾਵੇ ਜੀ ਤੇ ਮੰਨਿਆ ਨਹੀਂ ਸੀ ਜਾ ਰਿਹਾ ਪਿੱਛੇ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚਟਾਲਾ ਨੂੰ ਆਪਣੇ ਘਰ ਸੋਸ਼ਲ ਤੇ ਬੁਲਾਇਆ ਦੋਵਾਂ ਨੇ ਬੈਠਿਆ ਜਲਪਾਣੀ ਛਕਦੇ ਆ ਖਣਾ ਖਾਂਦਿਆਂ ਸਲਾਹ ਕੀਤੀ ਕਿ ਭਗਤ ਸਿੰਘ ਦੇ ਨਾਂ ਦੇ ਉੱਤੇ 에어ਪੋਰਟ ਦਾ ਨਾਂ ਹੋਣਾ ਚਾਹੀਦਾ ਜੀ ਸਹਿਮਤੀ ਹੋ ਗਈ ਉਹਨੇ ਜਾ ਕੇ ਆਪਣੇ ਮੁੱਖ ਮੰਤਰੀ ਨੂੰ ਵੀ ਮਨਾ ਲਿਆ ਤੇ ਆ ਬੀਤੇ ਐਤਵਾਰ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਨੇ ਐਲਾਨ ਕਰਤਾ ਸੀ ਕਿ ਅਸੀਂ 에어ਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਾਂਗੇ ਅੱਜ ਕੇਂਦਰ ਤੋਂ ਆਈ ਮੰਤਰੀ ਬੀਬੀ ਨੇ ਉੱਥੇ ਸਮਾਗਮ 'ਚ ਐਲਾਨ ਕਰ ਦਿੱਤਾ ਅੱਜ ਤੋਂ ਚੰਡੀਗੜ੍ਹ ਦਾ 에어ਪੋਰਟ ਜਦੋਂ ਕੋਈ ਫਲਾਈਟ ਇੱਥੇ ਆਵੇਗੀ ਲੈਂਡ ਕਰਨ ਤੋਂ ਪਹਿਲਾਂ ਪਾਇਲਟ ਆਖਿਆ ਕਰਨਗੇ ਕਿ ਹੁਣ ਤੁਸੀਂ ਸ਼ਹੀਦ ਭਗਤ ਸਿੰਘ 에어ਪੋਰਟ ਚੰਡੀਗੜ੍ਹ ਇੰਟਰਨੈਸ਼ਨਲ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਚੰਡੀਗੜ੍ਹ ਵਿਖੇ ਲੈਂਡ ਕਰਨ ਲੱਗੇ ਹੋ ਉਤਰਨ ਲੱਗੇ ਹੋ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਭਗਤ ਸਿੰਘ ਹਰਾਂ ਦਾ ਨਾਂ ਉੱਚਾ ਕੀਤਾ ਗਿਆ ਚੰਗਾ ਹੋਇਆ ਜੀ ਕੁਝ ਲੋਕ ਕਹਿੰਦੇ ਜੀ ਸ਼ਹੀਦੇ ਆਜ਼ਮ ਚੇਦਾ ਸੀ ਸ਼ਹੀਦੇ ਆਜ਼ਮ ਕਹਿ ਲੋ ਸ਼ਹੀਦ ਕਹਿ ਲੋ ਜਿਹੜਾ ਨਾਂ ਰੱਖ ਦਿੱਤਾ ਗਿਆ ਕਾਫੀ ਹੈ ਇਹਦੇ ਨਾਲ ਹੀ ਇੱਕ ਗੱਲ ਮੈਂ ਹੋਰ ਕਹੂੰਗਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਭਾਂਜਾ ਪ੍ਰੋਫੈਸਰ ਜਗਮੋਣ ਸਿੰਘ ਜਿਹੜਾ ਉਹਦੀ ਵਿਰਾਸਤ ਨੂੰ ਲੈ ਕੇ ਸਰਗਰਮ ਹੋਣੇ ਮੰਗ ਕੀਤੀ ਹੈ ਕਿ ਜੇ 에어ਪੋਰਟ ਦਾ ਨਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਕਰ ਦਿੱਤਾ ਹੈ ਤੇ ਇਹ ਵੀ ਕਰੋ ਕਿ ਇਹਦੀ ਪਾਰਕਿੰਗ ਤੇ ਇਹਦੇ ਦਰਵਾਜੇ ਦੇ ਸਾਹਮਣੇ ਬੁੱਤ ਲਾਓ ਸ਼ਹੀਦ ਭਗਤ ਸਿੰਘ ਦਾ ਤੇ ਇਕੱਲੇ ਦਾ ਨਾ ਲਾਓ। ਉਹਦੇ ਖੱਬੇ ਸੱਜੇ ਸ਼ਹੀਦ ਸੁਖਦੇਵ ਤੇ ਸ਼ਹੀਦ ਰਾਜਗੁਰੂ ਦੇ ਲਾਓ ਕਿਉਂਕਿ ਸ਼ਹੀਦ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਨੇ ਆਖਿਆ ਸੀ ਮੇਰਾ ਪੁੱਤਰ ਆਪਣੇ ਆਪ ਨੂੰ ਇਕੱਲੇ ਕਰਨਾ ਪਸੰਦ ਨਹੀਂ ਸੀ ਕਰ ਸਕਦਾ। ਇਸ ਕਰਕੇ ਜਿੱਥੇ ਵੀ ਲੱਗਣਗੇ ਇਹ ਦੋਵੇਂ ਉਹਦੇ ਨਾਲ ਲੱਗਣਗੇ ਨਾ ਤਿੰਨਾਂ ਦਾ ਇਕੱਠਾ ਬੁੱਤ ਹੋਵੇਗਾ। ਮੈਂ ਸਮਝਦਾ ਇਹ ਵੀ ਮੰਗ ਮੰਨ ਲੈਣੀ ਚਾਹੀਦੀ ਹੈ। ਜੀ ਅੱਜ ਇਸ ਮੌਕੇ ਇੱਕ ਚੰਗੀ ਗੱਲ ਹੋਰ ਹੋਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਿਆ ਸੀ ਖਟਕੜ ਕਲਾਮ ਉੱਥੇ ਉਹਨਾਂ ਨੇ ਸ਼ਬਦਾ ਦੇ ਪੁੱਲ ਭੇਟ ਕੀਤੇ ਸਾਰੇ ਮੁੱਖ ਮੰਤਰੀ ਕਰਦੇ ਹੁੰਦੇ ਆ ਨਵੀਂ ਗੱਲ ਇਹ ਹੈ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਂ ਦੇ ਉੱਤੇ ਇਹ ਪੰਜਾਬ ਸਰਕਾਰ ਇੱਕ ਅਵਾਰਡ ਦਿੰਦੀ ਹੁੰਦੀ ਸੀ ਹਰ ਸਾਲ ਕੁਝ ਨੌਜਵਾਨਾਂ ਨੂੰ ਜੀ 7-8 ਸਾਲਾਂ ਤੋਂ ਉਹਦੇ ਉਹ ਕਾਲੀ ਭਾਜਪਾ ਸਰਕਾਰ ਸੀ ਇਹ ਬੰਦ ਹੋ ਗਿਆ ਬਾਅਦ ਚ ਕਾਂਗਰਸੀ ਸਰਕਾਰ ਨੇ ਵੀ ਚਲਾਇਆ ਨਹੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿਤਾ ਕਿ ਅਸੀਂ ਉਹ ਅਵਾਰਡ ਜਿਹੜਾ ਸ਼ਹੀਦ ਭਗਤ ਸਿੰਘ ਪੁਰਸਕਾਰ ਆ ਫਿਰ ਦੁਬਾਰਾ ਚਾਲੂ ਕਰਾਂਗੇ ਔਰ ਚਾਲੂ ਕਰਕੇ ਚੌਨਵੇਂ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਉਹਦੇ ਵਿੱਚ ਉਹਨਾਂ ਨੇ ਰਾਸ਼ੀ ਵੀ ਦੱਸ ਦਿੱਤੀ ਹੈ ਕਿੰਨੀ ਹੋਵੇਗੀ ਮਾਨ ਸਨਮਾਨ ਵੀ ਦਿੱਤਾ ਜਾਵੇਗਾ ਮੈਂ ਸਮਝਦਾ ਕਿ ਇਹ ਜਿਹੜਾ ਅਵਾਰਡ ਹੈ ਗੱਲ ਅਵਾਰਡ ਦੀ ਨਹੀਂ ਹੁੰਦੀ ਗੱਲ ਇਹ ਹੈ ਕਿ ਅਵਾਰਡ ਦੇ ਪਿੱਛੇ ਛੁਪੀ ਇੱਕ ਭਾਵਨਾ ਜਿਹੜੀ ਪੰਜਾਬ ਦੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਨਾਲ ਜੋੜਨ ਦਾ ਕੰਮ ਕਰੇਗੇ ਇਹ ਹੋਰ ਜ਼ਿਆਦਾ ਚੰਗਾ ਹੋਇਆ ਜੀ ਇਹਦੇ ਤੋਂ ਬਾਅਦ ਅਗਲਾ ਕੰਮ ਹੈ ਕਿ ਸਰਕਾਰ ਹੋਵੇ ਸਮਾਜ ਹੋਵੇ ਅਸੀਂ ਤੁਸੀਂ ਸਾਰੇ ਹੋਈਏ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦੇ ਹੋਏ ਉਹਨਾਂ ਦੇ ਸਾਥੀਆਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦੇ ਹੋਏ ਇਸ ਦੇਸ਼ ਵਾਸਤੇ ਜੋ ਕੁਝ ਕੋਈ ਕਰ ਸਕਦਾ ਕਰਨਾ ਚਾਹੀਦਾ ਜਿਹੜੇ ਨਹੀਂ ਕਰ ਸਕਦੇ ਉਹ ਘੱਟੋ ਘੱਟ ਇਹ ਤਾਂ ਮੰਨ ਲੈਣ ਕਿ ਇਹ ਉਹਨਾਂ ਦੀਆਂ ਕੁਰਬਾਨੀਆਂ ਨਾਲ ਆਜ਼ਾਦ ਹੋਇਆ ਦੇਸ਼ ਹੈ ਤੇ ਜਿਹੜੀ ਆਜ਼ਾਦੀ ਉਹਨਾਂ ਦੀਆਂ ਕੁਰਬਾਨੀਆਂ ਨਾਲ ਮਿਲੀ ਹੈ ਇਨੂੰ ਖਤਰੇ ਚ ਨਾ ਪਾਇਆ ਜਾਵੇ ਜੇ ਕੋਈ ਖਤਰੇ ਚ ਪਾਉਂਦਾ ਤੇ ਉਹਦੇ ਨਾਲ ਨਾ ਜਾਇਆ ਜਾਵੇ ਜੀ ਬਿਲਕੁਲ ਠੀਕ ਪੰਨੂ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਤੇ ਹੁਣ ਇੱਕ ਖਬਰ ਵੱਲ ਵਧਣੀ ਚਾਹੁੰਦੇ ਆ ਖਬਰ ਕੱਲ ਦੀ ਬੜੀ ਸੁਰਖੀਆਂ ਚ ਹੈ ਕੱਲ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਸੀ ਤਾਂ ਸੜਕ ਤੇ ਵੀ ਇੱਕ ਪਾਸੇ ਵਿਧਾਨ ਸਭਾ ਚੱਲੀ ਐ ਇੱਕ ਪਾਸੇ ਅੰਦਰ ਚੱਲੀ ਵਿਧਾਨ ਸਭਾ ਕੱਲ ਕਾਫੀ ਕਾਵਾ ਰੋਲੀ ਜੀ ਹੋਈ ਇੱਕ ਪਾਸੇ ਸੱਤਾ ਧਿਰ ਨੇ ਵਿਰੋਧੀ ਧਿਰ ਨੂੰ ਕੋਸਿਆ ਤੁਸੀਂ ਪਾਸੇ ਵਿਰੋਧੀ ਧਿਰ ਨੇ ਸੱਤਾ ਧਿਰ ਨੂੰ ਤਾਂ ਚੰਗੀਆਂ ਮਾੜੀਆਂ ਕਹਿਣੀਆਂ ਸੀਗੀਆਂ ਉਹ ਸਾਰਾ ਕੁਝ ਹੋਇਆ ਕੱਲ ਦਾ ਦਿਨ ਤਾਂ ਗਿਆ ਲੰਘ ਪੰਜਾਬ ਦੇ ਪੱਲੇ ਕੱਖ ਨਹੀਂ ਪਿਆ ਤਾਂ ਜਿਹੜਾ ਭਲਕੇ ਯਾਨੀ ਕਿ ਆਉਣ ਵਾਲੇ ਕੱਲ ਪੰਜਾਬ ਵਿਧਾਨ ਸਭਾ ਦਾ ਫੇਰ ਸੈਸ਼ਨ ਸੱਦਿਆ ਗਿਆ ਉੱਥੇ ਕੀ ਕੁਝ ਹੋਣਾ ਚਾਹੀਦਾ ਕੀ ਕੁਝ ਅਸੀਂ ਮਿਸਿੰਗ ਕੀਤਾ ਜਾਂ ਫਿਰ ਤੁਸੀਂ ਕਿਵੇਂ ਦੇਖਦੇ ਹੋ ਕੱਲ ਨੂੰ ਕੀ ਕੁਝ ਹੋਣ ਦੀ ਉਮੀਦ ਤੁਹਾਨੂੰ ਵੱਜਦੀ ਹੋਈ ਵਿਖਾਈ ਤੇਰੀ ਹੈ ਦੇਖੋ ਜਿਹੜਾ ਬੀਤ ਗਿਆ ਕੱਲਿਆ ਉਹਦੇ ਵਿੱਚ ਜੋ ਕੁਝ ਹੋਇਆ ਮਾੜਾ ਹੋਇਆ ਜੀ ਉੱਥੇ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪੇਸ਼ ਕਰਨ ਵਾਸਤੇ ਮੰਤਰੀ ਅਮਨ अरोड़ा ਉੱਠੇ ਤੇ ਉਹਨਾਂ ਦੀ ਗੱਲ ਸੁਣਨ ਦੇ ਬਜਾਇਂ ਵਿਰੋਧੀ ਧਿਰ ਨੇ ਰੌਲਾ ਪਾਤਾ ਰੌਲਾ ਅੱਗੇ ਕਾਂਗਰਸੀਆਂ ਦੇ ਵੇਲੇ ਅਕਾਲੀ ਪਹੁੰਚਦੇ ਹੁੰਦੇ ਸੀ ਤੇ ਕਾਂਗਰਸੀ ਕਹਿੰਦੇ ਸੀ ਗਲਤ ਕਰਦੇ ਫਿਰ ਅਕਾਲੀ ਰੌਲਾ ਪਾ ਕੇ ਬਾਹਰ ਚੱਲ ਜਾਂਦੇ ਸੀ ਤੇ ਜਿੱਦਾਂ ਕੱਲ ਇਹਨਾਂ ਨੇ ਉੱਥੇ ਬਾਹਰ ਜਾ ਕੇ ਸਮਾਗਮ ਕੀਤਾ ਵਿਧਾਨ ਸਭਾ ਦੇ ਆਹਾਤੇ ਵਿੱਚ ਹੀ ਪਬਲਿਕ ਦੇ ਸਾਹਮਣੇ ਉਸੇ ਤਰ੍ਹਾਂ ਅੱਗੇ ਅਕਾਲੀ ਕਰਦੇ ਹੁੰਦੇ ਸੀ ਤੇ ਇਹ ਕਹਿੰਦੇ ਸੀ ਇਹ ਕੋਈ ਤਰੀਕਾ ਹੁਣ ਜੋ ਇਹਨਾਂ ਨੇ ਕੀਤਾ ਇਹ ਕੋਈ ਤਰੀਕਾ ਲਲ ਉੱਥੇ ਅੰਦਰ ਵਿਧਾਨ ਸਭਾ ਦੇ ਵਿੱਚ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਮੁੱਖ ਮੰਤਰੀ ਦੇ ਖਿਲਾਫ ਨਾਰੇਬਾਜ਼ੀ ਦਾ ਸਭ ਕੁਝ ਚੱਲਦਾ ਆਪਣੀ ਥਾਂ ਸੀ ਜੀ ਪਰ ਸਪੀਕਰ ਦੀ ਮੁਰਦਾਬਾਦ ਦੇ ਨਾਰੇ ਵੀ ਕਹਿੰਦੇ ਲਾਏ ਗਏ ਇਹ ਗਲਤ ਕੀਤਾ ਗਿਆ ਨਹੀਂ ਸੀ ਕਰਨਾ ਚਾਹੀਦਾ ਸਪੀਕਰ ਦੀ ਮੁਰਦਾਬਾਦ ਦੇ ਨਾਰੇ ਆਮ ਤੌਰ ਤੇ ਨਹੀਂ ਲਾਏ ਜਾਂਦੇ ਕਦੇ ਬਹੁਤ ਹੀ ਖਾਸ ਕੋਈ ਘਟਨਾ ਹੋਵੇ ਤੇ ਫਿਰ ਵੱਖਰੀ ਗੱਲ ਹੁੰਦੀ ਹੈ ਨੇਤਿੰਦੇਸ ਹੀ ਲਾਉਣੇ ਚਾਹੀਦੇ ਪਰ ਇੱਥੇ ਕੁਝ ਬੰਦੇ ਜਿਆਦਾ ਬੜਬੋਲੇ ਹੋ ਹੱਦ ਤੋਂ ਵੱਧ ਜਾਂਦੇ ਕਰਤਾ ਸੋ ਕਰਤਾ ਉਹਨਾਂ ਬਾਹਰ ਆ ਕੇ ਲਾ ਲਿਆ ਸਭ ਤੋਂ ਵੱਧ ਇੰਟਰਸਟਿੰਗ ਗੱਲ ਇਹ ਆ ਕਿ ਭਾਜਪਾ ਵਾਲਿਆਂ ਦੇ ਸਿਰਫ 2 ਬੰਦੇ ਸੀ ਉੱਥੇ ਉਹ ਵਾਕ ਆਊਟ ਕਰਕੇ ਆ ਗਏ ਤੇ ਉਹਨਾਂ ਨੇ ਆਪਣੇ ਦਫ਼ਤਰ 'ਚ ਜਾ ਕੇ ਮੌਕ ਸੈਸ਼ਨ ਉਹਨਾਂ ਨੇ ਵੀ ਚਲਾਇਆ ਜੀ ਚਲੋ ਕਾਂਗਰਸੀਆਂ ਦੇ ਕੋਲ ਤਾਂ 18 ਆਪਣੇ ਵਿਧਾਇਕ ਐ ਤੇ ਇੱਕ ਉਹਨਾਂ ਦਾ ਹਮੈਤੀ ਆਜ਼ਾਦ ਜਿੱਤਿਆ 19 ਹੋ ਜਾਣਗੇ ਭਾਜਪਾ ਕੋਲ ਹੈ ਹੀ 2 ਸੀ ਤੇ ਫਿਰ ਸੈਸ਼ਨ ਕਾਹਦਾ ਚਲਾਉਣਾ ਸੀ ਸੈਸ਼ਨ ਬਕਾਇਦਾ ਤੌਰ ਤੇ ਸਾਬਕਾ ਇਕੱਠੇ ਕਰਕੇ ਚਲਾਇਆ ਜਿਹੜੇ ਕਾਂਗਰਸ ਵਿੱਚੋਂ ਟੁੱਟ ਕੇ ਆਏ ਆ ਜਿਨ੍ਹਾਂ ਨੂੰ ਪਿਛਲੇ 5 ਸਾਲ ਇਹ ਭਾਜਪਾ ਵਾਲੇ ਭੰਡਦੇ ਰਹੇ ਜੀ ਉਹਨਾਂ ਸਾਰਿਆਂ ਨੂੰ ਪਹਿਲੀਆਂ ਕੁਰਸੀਆਂ ਤੇ ਬਿਠਾ ਕੇ ਆਪਣੇ ਭਾਜਪਾ ਵਰਕਰ ਉਹਨਾਂ ਦੇ ਪਿੱਛੇ ਬਿਠਾਏ ਖਾਸੋ ਇਹਨਾਂ ਸੈਸ਼ਨ ਇਹਨਾਂ ਨੇ ਵੀ ਕੱਲ ਚਲਾਇਆ ਜੀ ਚੱਲਦਾ ਰਹਿਣ ਦਿਓ ਮੈਂ ਤੇ ਕੁਝ ਨਹੀਂ ਕਹਿਣਾ ਚਾਹੁੰਦਾ ਸਰਕਾਰ ਵਾਲਿਆਂ ਨੇ ਵੀ ਕੱਲ ਆਪਣਾ ਗੁੱਸਾ ਬਾਅਦ ਚ ਪੂਰਾ ਕੱਢਿਆ ਦੋਵੇਂ ਤਰ੍ਹਾਂ ਕੱਢਦੇ ਰਹਿਣ ਪਰ ਉਹ ਜੋ ਹੋਇਆ ਉਹ ਗਲਤ ਹੋਇਆ ਹੁਣ ਇਹ ਚਾਹੀਦਾ ਕਿ ਸੈਸ਼ਨ ਦੇ ਵਿੱਚ ਸਰਕਾਰ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਤੇ ਬਾਅਦ ਚ ਵਿਰੋਧੀ ਧਿਰ ਨੂੰ ਵੀ ਬੋਲਣ ਦਾ ਪੂਰਾ ਮੌਕਾ ਦਿੱਤਾ ਜਾਵੇ ਦੋਵੇਂ ਤਰਾ ਆਪੋ ਆਪਣੀ ਗੱਲ ਕਹਿਣ ਤੇ ਲੋਕ ਉਹਨਾਂ ਨੂੰ ਸੁਣ ਜੀ ਇਹ ਗੱਲ ਕਹਿਣ ਦੇ ਬਜਾਏ ਉੱਥੇ ਆਪਸ ਵਿੱਚ ਹੁੱਲੜਬਾਜੀ ਹੋਣੀ ਸ਼ੁਰੂ ਹੋ ਗਈ ਆ ਹੁਣ ਕਈ ਦਿਨ ਤੇ ਇਸ ਗੱਲ ਦਾ ਰੌਲਾ ਪਿੰਦਾ ਰਿਹਾ ਕਿ ਇਹ ਜੀ ਵਿਧਾਨ ਸਭਾ ਸੈਸ਼ਨ ਸੱਦਿਆ ਨਹੀਂ ਜਾ ਸਕਦਾ ਤਿੰਨ ਸੈਸ਼ਨ ਹੁੰਦੇ ਚੌਥਾ ਕਿਉਂ ਜੀ ਇਹ ਤਾਂ ਮੈਂ ਰੂਲਸ ਪੜੇ ਨੇ ਵਿਧਾਨ ਸਭਾ ਦੇ ਉਹਨਾਂ 'ਚ ਇੱਕ ਬਜਟ ਸੈਸ਼ਨ ਹੁੰਦਾ ਦੂਸਰਾ ਉਹਨੂੰ ਸਮਰ ਸੈਸ਼ਨ ਜਾਂ ਮੌਨਸੂਨ ਸੈਸ਼ਨ ਦੋਹਾਂ 'ਚ ਕੁਝ ਵੀ ਕਿਹਾ ਜਾ ਸਕਦਾ ਤੀਸਰਾ ਵਿੰਟਰ ਸੈਸ਼ਨ ਹੁੰਦਾ ਇਹਦੇ ਤਿੰਨ ਸੈਸ਼ਨ ਨੇ ਇਹਨਾਂ ਤੋਂ ਇਲਾਵਾ ਕਈ ਵਾਰ ਉਹ 1952 ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 4-5 ਵਾਰ ਇੱਥੇ ਸੈਚਨ ਲੋੜ ਪੈਣ ਦੇ ਉੱਤੇ ਵੱਧ ਵੀ ਸੱਦੇ ਜਾਂਦੇ ਰਿਹਾ ਤੇ ਇੱਕ ਅੱਧਾ ਮੌਕਾ ਇਹੋ ਜਿਹਾ ਵੀ ਆਇਆ ਜਦੋਂ ਅਸਲ 'ਚ ਦੋ ਸੈਸ਼ਨ ਹੀ ਸੱਦੇ ਪਏ ਗਿਆ ਉਹਦਾ ਤਰੀਕਾ ਇਹ ਸੀ ਕਿ ਜਿਹੜਾ ਸੈਸ਼ਨ ਪਹਿਲਾਂ ਬਜਟ ਸੈਸ਼ਨ ਚੱਲਦਾ ਸੀ ਉਹਨੂੰ ਬਕਾਇਦਾ ਉਠਾਇਆ ਨਹੀਂ ਗਿਆ ਵਕਤੀ ਤੌਰ ਤੇ ਉਠਾਤਾ ਤੇ ਦੁਬਾਰਾ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੇ ਬਜਾਏ ਉਸੇ ਨੂੰ ਫਿਰ ਚੱਲਦਾ ਰੱਖ ਲਿਆ ਉਹ ਫਿਰ ਉਸ ਤਰ੍ਹਾਂ ਇੱਕੋ ਸੈਸ਼ਨ ਗਿਡਿਆ ਜਾਂਦਾ ਇਹ ਕੁਛ ਵੀ ਹੁੰਦਾ ਰਿਹਾ ਜਿਹੜੀ ਸਭ ਤੋਂ ਵੱਡੀ ਗੱਲ ਨੋਟ ਕਰਨ ਵਾਲੀ ਉਹ ਇਹ ਕਿ ਜਿਸ ਤਰ੍ਹਾਂ ਉਹ ਪੁਰਾਣਾ ਗਾਣਾ ਸੀ ਨਾ ਇਕ ਤਾਰਾ ਬੋਲੇ ਉਹਦੀ ਚਿਕਥਾ ਤੇ ਕਹਿੰਦਾ ਜੇ ਫੈਸ਼ਨ ਵੜਦਾ ਵੜਦਾ ਗਿਆ ਔਰ ਕਪੜਾ ਤਨਪੇ ਘਟਦਾ ਗਿਆ ਚੋਲੇ ਕੀ ਅਬ ਹੈ ਚੋਲੀ ਬਣੀ ਚੋਲੀ ਕੇ ਅਗੇ ਕੀ ਹੋਗਾ ਉਹੀ ਹਾਲਤ ਹੈ ਮੈਂ ਪੁਰਾਣੇ ਸੈਸ਼ਨ ਇਹੋ ਜਿਹੇ ਵੇਖੇ ਹੋਏ ਆ ਜਿੱਥੇ 20 ਦਿਨ 28 ਦਿਨ 30 ਦਿਨ 32 ਦਿਨ ਇੱਥੋਂ ਤੱਕ 34 35 ਦਿਨ ਤੱਕ ਦੇ ਵੀ ਸੈਸ਼ਨ ਹੋ ਜਾਂਦੇ ਰਹੇ ਜੀ ਹੁਣ ਸੈਸ਼ਨ ਘਟਦੇ ਘਟਦੇ 10 ਦੇ ਉੱਤੇ ਆਗੇ 8 ਦਿਨ ਤੇ ਆਗੇ 5 ਤੇ ਆਗੇ ਤੇ ਆ ਪਿਛਲੇ ਸਮੇਂ ਦੇ ਵਿੱਚ ਮਸਾਈ 1.5 ਦਿਨ 2 ਦਿਨ ਤੱਕ ਦੇ ਸੈਸ਼ਨ ਹੋਣ ਲੱਗ ਪਏ ਇੱਕੋ ਦਿਨ ਚ ਦੋ ਸੈਟਿੰਗ ਕਰਕੇ ਅਗਲੇ ਦਿਨ ਇੱਕ ਹੋਰ ਕਰਕੇ ਤਿੰਨ ਸੈਟਿੰਗ ਨਾਲ ਸੈਸ਼ਨ ਖਤਮ ਹੋ ਜਾਂਦਾ ਜਿਹੜੇ ਲੋਕ ਐਸ ਵੇਲੇ ਇਸ ਗੱਲ ਦੀ ਦੁਹਾਈ ਦਿੰਦੇ ਆ ਕਿ ਵਿਧਾਨ ਸਭਾ ਦੇ ਰੂਲਸ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜੀ ਉਹਨਾਂ ਨੂੰ ਵਿਧਾਨ ਸਭਾ ਦੇ ਰੂਲਸ ਦੇ ਵਿੱਚੋਂ 14 A ਪੜ੍ਹਨਾ ਚਾਹੀਦਾ ਉਸ 14 A ਚ ਲਿਖਿਆ ਕਿ ਸਾਲ ਦੇ ਵਿੱਚ ਵਿਧਾਨ ਸਭਾ ਦੀਆਂ 40 ਬੈਠਕਾਂ ਜ਼ਰੂਰ ਹੋਣੀਆਂ ਚਾਹੀਦੀਆਂ ਜੀ ਸੈਸ਼ਨ 3 ਚਾਹੀਦੇ ਆ ਬੈਠਕਾਂ 40 ਚਾਹੀਦੀਆਂ ਬਜਟ ਸੈਸ਼ਨ ਲੰਮਾ ਚੱਲਦਾ ਚਲੋ ਉਹਦੇ ਚ ਵੀ 25 ਕਰ ਲਓ ਉਹਦੇ ਤੋਂ ਬਾਅਦ ਜਿਹੜਾ ਸਮਰ ਜਾਂ ਮਾਨਸੂਨ ਸੈਸ਼ਨ ਆਉਦਾ 10 12 ਉਹ ਚ ਕਰ ਲਓ ਬਾਕੀ ਕਰ ਲਓ ਤੁਸੀਂ ਵਿੰਟਰ ਸੈਸ਼ਨ ਚ 40 ਹੋਣੀਆਂ ਚਾਹੀਦੀਆਂ ਇਹ 2018 2017 2016 ਦੀਆਂ ਬੈਠਕਾਂ ਅਗੈਂਡਾ ਕਿ ਵੇਖ ਲੈਣ ਮਸਾਂ ਹੀ ਅਧੀਆਂ ਹੁੰਦੀਆਂ ਨੇ ਉੱਥੇ ਵਿਧਾਨ ਸਭਾ ਦੇ ਜਿਹੜੇ ਰੂਲਸ ਨੇ ਉਹਨਾਂ ਦੀ ਵਾਇਲੇਸ਼ਨ ਨਹੀਂ ਹੁੰਦੀ ਉਹਨਾਂ ਦੀ ਲੰਘਣਾ ਨਹੀਂ ਹੁੰਦੀ ਇਹ ਵੀ ਲੰਘਣਾ ਹੁੰਦੀ ਰਹੀ ਹੈ ਹੁਣ ਜੋ ਕੁਝ ਹੋਇਆ ਕੱਲ ਉਹ ਮਾੜਾ ਸੀ ਭੜਕੇ ਇਹਨਾਂ ਨੇ ਸਾਰਿਆਂ ਨੇ ਫਿਰ ਬੈਠਣਾ ਕਾਂਗਰਸੀ ਕਹਿੰਦੇ ਜੀ ਸਾਡੀ ਗੱਲ ਸੁਣੀ ਨਹੀਂ ਜਾ ਰਹੀ ਇਹ ਤਾਂ ਸੈਸ਼ਨ ਸਾਨੂੰ ਢੰਡਣ ਵਾਸਤੇ ਤੇ ਭਾਜਪਾ ਨੂੰ ਢੰਡਣ ਵਾਸਤੇ ਭਾਜਪਾਲੇ ਕਹਿੰਦੇ ਸਾਨੂੰ ਢੰਡਣ ਵਾਸਤੇ ਕਾਂਗਰਸੀ ਕਹਿੰਦੇ ਜੀ ਆਪਣੇ ਆਪ ਨੂੰ ਬਚਾਉਣ ਵਾਸਤੇ ਕੀਤਾ ਜਾ ਰਿਹਾ ਕਰਦੇ ਆ ਕਰ ਲੈਣ ਦਿਓ ਤੁਸੀਂ ਅਕਲ ਦੀ ਗੱਲ ਸਿੱਖੋ ਅਕਲ ਦੀ ਗੱਲ ਹੁਣ ਵਾਲਿਆਂ ਚੋਂ ਕਿਸੇ ਦੇ ਪੱਲੇ ਨਹੀਂ ਉਹ ਤਰੀਕਾ ਹੈਗਾ ਬਜ਼ੁਰਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੱਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਬਣੀ ਤੇ ਉਹਨੇ ਵਿਧਾਨ ਸਭਾ ਦੇ ਵਿੱਚ ਉੱਠ ਕੇ ਕਹਿਣਾ ਸ਼ੁਰੂ ਕਰਤਾ ਸੀ ਤੁਸੀਂ ਅਕਾਲੀਆਂ ਆਹ ਕੀਤਾ ਤੁਸੀਂ ਆਹ ਕੀਤਾ ਆਹ ਕੀਤਾ ਲਗਾਤਾਰ 1 ਘੰਟੇ ਤੋਂ ਵੱਧ ਬੋਲਦੇ ਰਿਹਾ ਮੁੱਖ ਮੰਤਰੀ ਬੋਲ ਰਿਹਾ ਸੀ ਕਿ ਅਕਾਲੀ ਟੋਕਣ ਲੱਗੇ ਤੇ ਵੱਡੇ ਬਾਦਲ ਸਾਹਿਬ ਨੇ ਆਖਿਆ ਨਾ ਟੋਕੋ ਨਾ ਬੋਲਣ ਦਿਓ ਜੀ ਮੜਾ ਜੀ ਸਾਹ ਲੈਣ ਵਾਸਤੇ ਅਮਰਿੰਦਰ ਸਿੰਘ ਨੇ ਬ੍ਰੇਕ ਲਾਈ ਤੇ ਬਾਦਲ ਨੇ ਉੱਠ ਕੇ ਆਖਿਆ ਦੇਖੋ ਸਰਦਾਰਾ ਗੱਲ ਸੁਣ ਤੂੰ ਅੱਜ ਮੁੱਖ ਮੰਤਰੀ ਆ ਪਹਿਲਾਂ ਮੈਂ ਹੁੰਦਾ ਸਾਂ ਤੇ ਸਾਡੇ ਨੁਕਸ ਗਿਣਾ ਰਿਆਂ ਅਸੀਂ ਗਲਤ ਸਾਂ ਤੇ ਸਾਨੂੰ ਗਲਤੀਆਂ ਦੇ ਲੋਕਾਂ ਨੇ ਸਜ਼ਾ ਦਿੱਤੀ ਅਸੀਂ ਇੱਥੇ ਆ ਗਏ ਆ ਜੇ ਅਸੀਂ ਗਲਤੀਆਂ ਕੀਤੀਆਂ ਸਜ਼ਾ ਭੁਗਤੀ ਹੁਣ ਘਟੋ ਘਟਾ ਤੂੰ ਹੀ ਨਾ ਕਰ ਤੁਹਾਡੀ ਸਰਕਾਰ ਹੀ ਨਾ ਕਰੇ ਉਹਦੀ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਅਗਲੇ ਦਿਨ ਦੇ ਅਖਬਾਰਾਂ ਦੇ ਵਿੱਚ ਸੁਰਖੀ ਕੈਪਟਨ ਅਵਰਿੰਦਰ ਸਿੰਘ ਦੇ 1 ਘੰਟੇ ਦੇ ਭਾਸ਼ਣ ਚੋਂ ਨਹੀਂ ਸੀ ਬਣੀ ਜੀ 1 ਮਿੰਟ ਦੀ ਪ੍ਰਕਾਸ਼ ਸਿੰਘ ਬਾਦਲ ਦੀ ਟਿੱਪਣੀ ਚੋਂ ਬਣੀ ਸੀ ਜੇ ਅਸੀਂ ਕੀਤੀਆਂ ਗਲਤੀਆਂ ਲੋਕਾਂ ਨੂੰ ਸਜ਼ਾ ਦੇ ਦਿੱਤੀ ਲੋਕਾਂ ਨੇ ਸਾਨੂੰ ਤੂੰ ਹੀ ਨਾ ਕਰ ਆ ਜਿਹੜੀ ਉਹਦੀ ਇੱਕ ਟਿੱਪਣੀ ਸੀ ਉਸ ਦੇ ਅਨਸਾਰ ਤਾਂ ਸੀ ਮੈਂ ਕਹਾਂਗਾ ਕਿ ਪ੍ਰਤਾਪ ਸਿੰਘ ਬਾਜਵਾ ਨਾਲੋਂ ਸੀਨੀਅਰ ਮੈਨੂੰ ਨਹੀਂ ਪਤਾ ਲੱਗਦਾ ਕਿ ਉੱਥੇ ਹੋਰ ਕੋਈ ਹੋਰ ਹੋਵੇਗਾ ਇਹਦੇ ਨਾਲ ਵੱਧ ਸੀਨੀਅਰ ਤੇ ਕੋਈ ਜਾਬਦਾ ਨਹੀਂ ਤੇ ਜੇ ਉਹ ਇੰਨਾ ਸਿਆਣਾ ਬੰਦਾ ਜਿਹੜਾ 1992 ਤੋਂ ਬਿਆਨ ਸਿੰਘ ਦੀ ਸਰਕਾਰ ਵੇਲੇ ਤੋਂ ਚਾਰ ਵਾਰੀ ਮੰਤਰੀ ਰਹਿ ਚੁੱਕਾ ਲੋਕ ਸਭਾ ਤੇ ਰਾਜ ਸਭਾ ਦੋਵਾਂ ਦਾ ਮੈਂਬਰ ਰਹਿ ਚੁੱਕਾ ਪੰਜਾਬ ਚ ਆਪੋਜੀਸ਼ਨ ਲੀਡਰ ਰਹਿ ਚੁੱਕਾ ਕਾਗਜ਼ ਦਾ ਪ੍ਰਧਾਨ ਰਹਿ ਚੁੱਕਾ ਉਹਨੂੰ ਇਹ ਸਾਰਾ ਤਜਰਬਾ ਚੇਤੇ ਰੱਖ ਕੇ ਤੇ ਇਹ ਉੱਥੇ ਬੋਲਣਾ ਚਾਹੀਦਾ ਕਿ ਠੀਕ ਹੈ ਜੋ ਤੁਸੀਂ ਬੋਲਣਾ ਬੋਲ ਲਓ ਸਾਡੀ ਵਾਰੀ ਆਈ ਤੇ ਅਸੀਂ ਘਰ ਪੂਰਾ ਕਰਦੇਾਂਗੇ ਅਗਲੇ ਨੂੰ ਗੱਲ ਕਹਿਣ ਵੀ ਦੇਣੀ ਚਾਹੀਦੀ ਆ ਮੌਕਾ ਮਿਲੇ ਤੇ ਵੱਡੇ ਬਾਦਲ ਸਾਹਿਬ ਵਾਂਗ ਭਾਵੇਂ 1 ਮਿੰਟ ਹੀ ਮਿਲ ਜਾਵੇ ਗੱਲ ਕਹਿਣੀ ਹੋਵੇ ਤੇ 1 ਡੇਢ 2 ਮਿੰਟ ਵੀ ਬਹੁਤ ਹੁੰਦੇ ਆ ਉਦੋਂ ਆਪਣੀ ਚੋਟ ਕਰ ਦੇਣੀ ਚਾਹੀਦੀ ਆ ਪਰ ਸੈਸ਼ਨ ਚੱਲਣ ਦੇਣਾ ਚਾਹੀਦਾ ਕਿਉਂਕਿ ਲੋਕ ਚਾਹੁੰਦੇ ਆ ਕਿ ਜਿਨ੍ਹਾਂ ਨੂੰ ਚੁਣ ਕੇ ਭੇਜਿਆ ਉੱਥੇ ਜਾ ਕੇ ਕੰਮ ਕਰਨ ਹੰਗਾਮੇ ਕਰਨ ਵਾਸਤੇ ਲੋਕਾਂ ਨੇ ਨਹੀਂ ਭੇਜਿਆ ਇਸ ਗੱਲ ਨੂੰ ਲੋਕ ਪਸੰਦ ਨਹੀਂ ਕਰ ਰਹੇ ਜੀ ਕੁਣ ਸਭ ਤੁਸੀਂ ਝੋਟਾਂ ਦਾ ਜ਼ਿਕਰ ਕੀਤਾ ਹੈ ਕਿ ਝੋਟ ਹੋ ਸਕਦੀ ਹੈ ਤੇ ਹੁਣ ਪੰਜਾਬ ਦੇ ਉਸ ਵੇਲੇ ਵੀ ਤੁਸੀਂ ਐਗਜ਼ਾਮਪਲ ਦਿੱਤੀ ਹੈ ਉਦਾਹਰਨ ਦਿੱਤੀ ਹੈ ਕਿ ਦੋ ਮੁੱਖ ਮੰਤਰੀ ਇੱਕ ਸਾਬਕਾ ਇੱਕ ਮੌਜੂਦ ਉਸ ਵੇਲੇ ਦੇ ਹੁਣ ਤਾਂ ਦੋਵੇਂ ਸਾਬਕਾ ਹੋ ਗਏ ਇੱਕ ਮੌਜੂਦਾ ਸੀ ਇੱਕ ਸਾਬਕਾ ਤੇ ਹੁਣ ਵੀ ਇਸੇ ਤਰੀਕੇ ਨਾਲ ਹੋਇਆ ਇੱਕ ਸਾਬਕਾ ਮੁੱਖ ਮੰਤਰੀ ਨੇ ਚੰਨੀ ਸਾਹਿਬ ਦੂਸਰੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਸ ਵੇਲੇ ਮੌਜੂਦਾ ਮੁੱਖ ਮੰਤਰੀ ਨੇ ਉਹ ਵੀ ਆਮੋ ਸਾਹਮਣੇ ਨੇ ਤੇ ਕੱਲ ਚਰਚਾ ਹੋਈ ਤੇ ਮਾਨ ਸਾਹਿਬ ਨੇ ਉਹਨਾਂ ਨੂੰ ਵੀ ਚੰਨੀ ਸਾਹਿਬ ਨੂੰ ਕਾਫੀ ਕੁਝ ਬੋਲਿਆ ਤੇ ਅੱਜ ਚੰਨੀ ਸਾਹਿਬ ਦਾ ਵੀ ਜਵਾਬ ਆਇਆ ਜਵਾਬ ਕੀ ਆਇਆ ਪੰਨੂ ਸਭ ਇਹ ਥੋੜਾ ਜਿਹਾ ਸਮਝਾਓ ਭਗਵਾਨ ਤੁਮਾਰ ਨੇ ਮੁੱਖ ਮੰਤਰੀ ਨੇ ਕੱਲ ਆਖੀ ਆ ਇਹਦੇ ਤੋਂ 1 ਮਹੀਨਾ ਪਹਿਲਾਂ ਤੋਂ ਵਿਕਰਮ ਸਿੰਘ ਮਜੀਠੀਆ ਮੋੜ ਮੋੜ ਕੇ ਕਹਿੰਦਾ ਛੱਲਾ ਮੋੜ ਕੇ ਨਾ ਆਇਆ ਉਹ ਚਰਨਜੀਤ ਸਿੰਘ ਚੰਨੀ ਨੂੰ ਟਿੱਚਰਾ ਕਰਦਾ ਕਿ ਚੋਣ ਹਾਰਦੇ ਸਾਰ ਭਾਰਤ ਵੀ ਛੱਡ ਗਿਆ ਪੰਜਾਬ ਵੀ ਛੱਡ ਗਿਆ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਿਆ ਛੱਲਾ ਮੋੜ ਕੇ ਨਾ ਆਇਆ ਜਵਾਬ ਉਹਦਾ ਵੀ ਦੇ ਲੋ ਜਰਨਜੀ ਸੋਚ ਨਹੀਂ ਨੂੰ ਚਾਹੀਦਾ ਸੀ ਸਥਿਤੀਆਂ ਨੂੰ ਫੇਸ ਫੇਸ ਕਰਦਾ ਉਹਦਾ ਸਾਹਮਣਾ ਕਰਦਾ ਜਿਹੜੀ ਤੁਸੀਂ ਕਹਿੰਦੇ ਆ ਕਿ ਇੱਕ ਮੁੱਖ ਮੰਤਰੀ ਤੇ ਇੱਕ ਸਾਬਕਾ ਮੁੱਖ ਮੰਤਰੀ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਸੀ ਉਹ ਹਾਊਸ ਦੇ ਵਿੱਚ ਆਹਮੋ ਸਾਹਮਣੇ ਬੈਠੇ ਸੀ ਇੱਕ ਦੂਸਰੇ ਦੀ ਅੱਖ ਚੱਕ ਪਾ ਕੇ ਗੱਲ ਕਰ ਸਕਦੇ ਸੀ ਇੱਥੇ ਆ ਕਿ ਮੌਜੂਦਾ ਮੁੱਖ ਮੰਤਰੀ ਇਸ ਵੇਲੇ ਸਾਹਮਣੇ ਆ ਤੇ ਲਲਕਾਰੇ ਮਾਰਦਾ ਕਿ ਮੇਰੇ ਸਾਹਮਣੇ ਆਓ ਜਿਹੜਾ ਸਾਬਕਾ ਮੁੱਖ ਮੰਤਰੀ ਉਹਦੇ ਆਉਣ ਤੋਂ ਪਹਿਲਾਂ ਸੀ ਲੜਿਆ ਦੋ ਸੀਟਾਂ ਤੋਂ ਤੇ ਦੋਵਾਂ ਤੋਂ ਹਾਰ ਕੇ ਮੁੜ ਕੇ ਭਾਰਤ ਤੋਂ ਚਲਾ ਗਿਆ ਉਹ ਸਾਹਮਣੇ ਹੈ ਨਹੀਂ ਉਹ ਅੱਜ ਦਾ ਬਿਆਨ ਆਇਆ ਮੈਂ ਤਾਂ ਇੱਕ ਟੈਲੀਫੋਨ ਦੀ ਵਿੱਥ ਤੇ ਆ ਜਿਹੜਾ ਚਾਵੇ ਮੈਨੂੰ ਫੋਨ ਕਰਕੇ ਪੁੱਛ ਸਕਦਾ ਕੀ ਪੁੱਛ ਲੈਣਗੇ ਟੈਲੀਫੋਨ ਤੇ ਵਿੱਤਿਆ ਇਹਦੇ ਬਾਵਜੂਦ ਉਹਨੇ ਤਾਂ ਦੱਸਿਆ ਹੀ ਨਹੀਂ ਕਿ ਮੈਂ ਦੇਸ਼ ਕਿਹੜੇ ਵਿੱਚ ਆ ਸ਼ਹਿਰ ਕਿਹੜੇ 'ਚ ਆ ਸੂਬੇ ਕਿਹੜੇ 'ਚ ਆ ਜੇ ਲੋਰ ਪਵੇ ਤੇ ਕਿੱਥੇ ਗੱਲ ਕੀਤੀ ਜਾ ਸਕਦੀ ਹੈ ਜੇ ਹਾਈ ਕਮਿਸ਼ਨ ਦੇ ਰਾਈ ਵਿੱਚ ਜਾ ਕੇ ਕੋਈ ਚਿੱਠੀ ਪਹੁੰਚਾਉਣੀ ਹੋਵੇ ਤੇ ਕਿਦਾਂ ਪਹੁੰਚਾਉਣ ਈਮੇਲਾਂ ਤੇ ਕੰਮ ਸਾਰਨਾ ਉਹ ਕਹਿੰਦੇ ਆ ਜੀ 2.5 300 ਤੋਂ ਵੱਧ ਫਾਈਲਾਂ ਇਹੋ ਜੀਆਂ ਨੇ ਜਿਨ੍ਹਾਂ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਸਕਤ ਆ ਤੇ ਚਰਨਜੀਤ ਸਿੰਘ ਇੱਕ ਮੰਨਦਾ ਪੇ ਮੇਰੇ ਦਸਕਤ ਹੈ ਜੇ ਉਹਦੇ ਦਸਕਤ ਹੈ ਤੇ ਉਸ ਵਕਤ ਦੀਆਂ ਫਾਈਲਾਂ ਦਾ ਕੋਈ ਪਤਾ ਨਹੀਂ ਲੱਗਦਾ ਅਫਸਰ ਕਹਿੰਦੇ ਜੀ ਚੰਨੀ ਸਾਹਿਬ ਨੇ ਕੀਤੇ ਸੀ ਉਹਨੂੰ ਪੁੱਛ ਲਓ ਇੱਥੇ ਹੁਣ ਜੇ ਮੁਰਮੁਰ ਕੇ ਹਰ ਇੱਕ ਫਾਈਲ ਐਸਾ ਸਕਰੀਨ ਦੇ ਸਾਹਮਣੇ ਕਰਕੇ ਥੋੜਾ ਵਿਖਾਈ ਜਾਓ ਚੰਨੀ ਸਾਹਿਬ ਆ ਵੇਖੋ ਤੁਹਾਡੇ ਦਸਕਤ ਆ ਚੰਨੀ ਸਾਹਿਬ ਨੂੰ ਉੱਥੇ ਪੰਜਾਬ 'ਚ ਹੋਣਾ ਚਾਹੀਦਾ ਜੀ ਜੇ ਇਹਨਾਂ 'ਚ ਰਾਜ ਕੀਤਾ ਮਾਣਿਆ ਮਜ਼ੇ ਲਏ ਆ ਉਸ ਵਕਤ ਤਾਂ ਚੰਨੀ ਸਾਹਿਬ ਕਿਉਂ ਚੰਨੀ ਦੇ ਨੇੜ ਦੇ ਤੇੜ ਦੇ ਦੂਰ ਤੱਕ ਦੇ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੇ ਵੀ ਮौज ਕੀਤੀ ਸੀ ਉਹਨਾਂ ਦੇ ਤਾਂ ਉਹ ਸਾਲੀ ਦਾ ਪੁੱਤਰ ਜਿਹੜਾ ਉਹੋ ਨਹੀਂ ਸੀ ਮਾਣ ਪੋਣਾ ਮੰਤਰੀ ਤੇ ਉਹ ਬਣਿਆ ਪਿਆ ਪੋਣਾ ਮੰਤਰੀ ਕਿਉਂ ਸੁਪਰ ਮੰਤਰੀ ਬਣਿਆ ਪਿਆ ਸੀ ਉਹ ਉਹਦੇ ਨਾਲ ਗਿੰਨੀਆਂ ਕਮਾਂਡੋ ਫੋਰਸਾਂ ਫਿਰਦੀਆਂ ਸਨ ਜੋ ਕੁਝ ਸੀ ਹੁਣ ਉਸ ਵਕਤ ਜੋ ਕੁਝ ਹੋਇਆ ਚੰਨੀ ਸਾਹਿਬ ਨੂੰ ਉਹਨਾਂ ਗੱਲਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਐ ਸਾਹਮਣੇ ਆਉਣਾ ਚਾਹੀਦਾ ਉਹ ਸਾਹਮਣੇ ਆਉਣ ਦੀ ਥਾਂ ਵਿਦੇਸ਼ ਵਿੱਚ ਬੈਠੇ ਆ ਬਸ ਆਪ ਜਾ ਕੇ ਵਿਲੈਟ ਵਿੱਚ ਬਹਿ ਗਿਆ ਤੇ ਕਟਨਾਰ ਮਾਲ ਦੇ ਗਿਆ ਹੁਣ ਇੱਥੇ ਜਿਹੜਾ ੜ ਮਾਲ ਕਟਨਾ ਕਾਂਗਰਸੀਆਂ ਨੂੰ ਫੜਾ ਕੇ ਆਪ ਖਿਸਕ ਗਿਆ ਜਿਹਦਾ ਪਤਾ ਨਹੀਂ ਉਹ ਕਿੱਥੇ ਬੈਠਾ ਤੇ ਇੱਥੋਂ ਦੀ ਸਰਕਾਰ ਕਰੇਗੀ ਕੀ ਉਹਨਾਂ ਸਥਿਤੀਆਂ ਨੂੰ ਫੇਸ ਕਰਨਾ ਚਾਹੀਦਾ ਇਹੋ ਜਿਹਾ ਇੱਕ ਬਿਆਨ 10 ਮਾਰਚ ਨੂੰ ਨਤੀਜੇ ਨਿਕਲੇ ਸੀ ਜੀ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਸਾਢੇ 6 ਮਹੀਨੇ ਹੋ ਗਏ ਉਹ ਬੰਦਾ ਪੰਜਾਬ ਨਹੀਂ ਵੜਿਆ ਉਹਨੂੰ ਇੱਥੇ ਹੋਣਾ ਚਾਹੀਦਾ ਔਰ ਹਾਲਾਤ ਦਾ ਸਾਹਮਣਾ ਕਰਨਾ ਚਾਹੀਦਾ ਉਸ ਟੀਮ ਦੀ ਉਸ ਕਾਂਗਰਸ ਪਾਰਟੀ ਦੇ ਅਗਵਾਈ ਕਰਨੀ ਚਾਹੀਦੀ ਹੈ ਜਿਨੇ ਉਹਨੂੰ ਜਾਂਦੇ ਜਾਂਦੇ ਰਾਜ ਦੇ ਐ ਜਦੋਂ ਪੁੱਛ ਰਹੀ ਗਈ ਸੀ ਉਦੋਂ ਮੁੱਖ ਮੰਤਰੀ ਬਣਨ ਦਾ ਮਾਣ ਬਖਸ਼ਿਆ ਸੀ ਉਹਦੇ ਕਹਿਣ ਦੇ ਉੱਤੇ ਇੱਕ ਨਹੀਂ ਦੋ ਨਹੀਂ ਲੋਕੀ ਟਿਕਟ ਭਾਲਦੇ ਨੂੰ ਦੋ ਦਿੱਤੀਆਂ ਸੀ ਤਾਂ ਦੋਹਾਂ ਚੋਂ ਕੋਈ ਜਿੱਤੀ ਨਾ ਜਾ ਸਕੀ ਫਿਰ ਵੀ ਮਾਨਤਾ ਪਾਰਟੀ ਨੇ ਬਖਸ਼ਿਆ ਸੀ ਨਾ ਉਹਦੇ ਨਾਲ ਖਲੋਣਾ ਚਾਹੀਦਾ ਆ ਕੇ ਜੀ ਅੱਛਾ ਪੰਡਤ ਸਭ ਤੁਸੀਂ ਫਾਈਲਾਂ ਦਾ ਜ਼ਿਕਰ ਕੀਤਾ ਹੈ ਕਿ ਫਾਈਲਾਂ ਦਿਖਾ ਕੇ ਪੁੱਛਣਗੇ ਕਿ ਚੰਨੀ ਸਾਹਿਬੇ ਤੁਹਾਡੇ ਦੇ ਦਸਤਕਤ ਨੇ ਤੇ ਇੱਕ ਫਾਈਲਾਂ ਪਿਛਲੇ ਸਮੇਂ ਦੌਰਾਨ ਫੂਡ ਐਂਡ ਸਪਲਾਈ ਵਿਭਾਗ ਵਿੱਚ ਘੁੰਮ ਹੋਈਆਂ ਨੇ ਉਹਨਾਂ ਦਾ ਨਹੀਂ ਪਤਾ ਲੱਗ ਰਿਹਾ ਇਹ ਸਰਕਾਰੀ ਮਹਿਕਮੇ ਦੀਆਂ ਫਾਈਲਾਂ ਨੂੰ ਖੁਰਦ-ਬੁਰਦ ਕੌਣ ਕਰ ਜਾਂਦਾ ਹੈ ਕੋਈ ਚੂਹਾ ਇਹੋ ਜਿਹਾ ਜਿਹੜਾ ਇਹ ਲੱਗੀ ਜਾਂਦਾ ਫਾਈਲਾਂ ਨੂੰ ਜਿਹੜਾ ਸਾਰੀਆਂ ਟੁੱਕ ਗਿਆ ਫਾਈਲਾਂ ਹੁਣ ਤੱਕ ਬਿਲਕੁਲ ਨਹੀਂ ਫਾਈਲਾਂ ਨੂੰ ਕੋਈ ਚੂਹਾ ਟੁੱਕ ਸਕਦਾ ਸਰਕਾਰ ਦੇ ਦਫ਼ਤਰਾਂ 'ਚ ਇੱਕ ਫਾਈਲਾਂ ਦਾ ਮੂਵਮੈਂਟ ਰਜਿਸਟਰ ਹੁੰਦਾ ਜੀ ਜਿੱਥੋਂ ਰਿਕਾਰਡ ਰੂਮ 'ਚੋਂ ਫਾਈਲ ਲਈ ਜਾਂਦੀ ਹੈ ਉੱਥੇ ਦਸਤਖਤ ਕਰਦਾ ਰਿਕਾਰਡ ਲੈਣ ਵਾਲਾ ਜਿਹੜਾ ਸੇਵਾਦਾਰ ਹੁੰਦਾ ਉਹ ਜਿੰਨੂੰ ਜਾ ਕੇ ਫਾਈਲ ਦਿੰਦਾ ਉਹ ਦਸਤਖਤ ਕਰਕੇ ਫਾਈਲ ਲੈਂਦਾ ਕਿ ਮੈਂ ਫਾਈਲ ਲੈ ਲਈ ਆ ਅੱਗੋਂ ਜਿੰਨਾ ਚਿਰ ਉਹ ਕੋਰਿੰਦੀ ਰੱਖਦਾ ਜਦੋਂ ਉਹਨੇ ਮੋੜਨੀ ਹੁੰਦੀ ਆ ਤੇ ਫਾਈਲ ਮੋੜਨ ਲੱਗਿਆ ਫਿਰ ਉਸ ਮੂਮੈਂਟ ਰਜਿਸਟਰ ਤੱਕ ਦੱਸ ਕੇ ਕਰਦਾ ਕੋਈ ਫਾਈਲ ਆਸੇ ਪਾਸੇ ਨਹੀਂ ਜਾ ਸਕਦੀ ਜਾਂਦੀਆਂ ਕਦੋਂ ਆ ਜਦੋਂ ਕਾਲੇ ਮਾਲੇ ਕੀਤੇ ਹੁੰਦੇ ਆ ਪਿਛਲੇ ਸਮੇਂ ਦੇ ਵਿੱਚ ਖੁਰਾਕ ਸਪਲਾਈ ਮਹਿਕਮੇ ਚ ਕਾਲੇ ਮਾਲੇ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਵਕਤ ਵੀ ਹੋਏ ਤੇ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਦੇ ਵਕਤ ਵੀ ਹੋਏ ਤੇ ਦੋਵਾਂ ਦੇ ਵਿੱਚ ਮੰਤਰੀ ਇੱਕੋ ਸੀ ਵਿਦਿਆਰਥੀਆਂ ਦੇ ਵਜੀਫਿਆਂ ਚ ਕਾਲੇ ਮਾਲੇ ਹੋਏ ਫਾਈਲਾਂ ਤੇ ਉਹਦੀਆਂ ਵੀ ਪੂਰੀਆਂ ਨਹੀਂ ਲੱਭਦੀਆਂ ਤੁਸੀਂ ਬਾਕੀਆਂ ਨੂੰ ਛੱਡੋ ਜੰਗਲਾਤ ਦੇ ਟੀ ਗਾਰਡ ਜਿਹੜੇ ਟ੍ਰੀ ਗਾਰਡ ਸੀ ਰੁੱਖਾਂ ਵਾਸਤੇ ਜਿਹੜੇ ਬਣਾਏ ਜੰਗਲੇ ਜਿਹੜੇ ਬਣਾਏ ਸੀ ਔਰ ਰਿਕਾਰਡ ਵੀ ਸਾਰੇ ਦਾ ਸਾਰਾ ਕਹਿੰਦੇ ਲੱਭਦਾ ਨਹੀਂ ਪਿਆ ਪਤਾ ਨਹੀਂ ਕਿੱਥੇ ਕਿੱਥੇ ਕੀ ਕੀ ਕਾਲੇ ਮਾਲੇ ਹੁੰਦੇ ਪਿਆ ਅਜੇ ਤੱਕ ਤਾਂ ਇਹ ਹੀ ਨਹੀਂ ਪਤਾ ਲੱਗਦਾ ਰਿਹਾ ਪਿਆ ਕਿ 1378 ਕਰੋੜ ਰੁਪਏ ਕੇਂਦਰ ਸਰਕਾਰ ਨੇ ਭੇਜੇ ਸੀ ਕਿਸਾਨਾਂ ਨੂੰ ਆਖੋ ਪਰਾਲੀ ਨਾ ਸਾੜੋ ਇਹਨਾਂ ਦੀਆਂ ਮਸ਼ੀਨਾਂ ਲੈ ਲਓ ਇੱਕ ਇੱਕ ਮਸ਼ੀਨ 30-30 ਹਜ਼ਾਰਾਂ ਤੇ ਵਿਕ ਗਈ ਉਹਦੇ ਵਿੱਚ ਕਰੋੜਾਂ ਰੁਪਏ ਦਾ ਕਾਲਾ ਮੜਾ ਹੋ ਗਿਆ ਉਸ ਵਕਤ ਦਾ ਖੇਤੀ ਮੰਤਰੀ ਕੌਣ ਸੀ ਉਹ ਆਪ ਮੁੱਖ ਮੰਤਰੀ ਸੀਗਾ ਕੈਪਟਨ ਅਮਰਿੰਦਰ ਸਿੰਘ ਉਸ ਤੋਂ ਬਾਅਦ ਆਏ ਖੇਤੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਇਹ ਤੋਂ ਪਰਦਾ ਚੁੱਕਤਾ ਹੁਣ ਪੜਤਾਲ ਹੁੰਦੀ ਫਿਰਦੀ ਆ ਜਦੋਂ ਪੜਤਾਲ ਹੁੰਨੀ ਆ ਤੇ ਉਹਦਾ ਵੀ ਰਿਕਾਰਡ ਕਿਹਾਂ ਥਾਂ ਤੇ ਨਹੀਂ ਲੱਭਦਾ ਪਿਆ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦਾ ਰਿਕਾਰਡ ਨਹੀਂ ਲੱਭਦਾ ਪਿਆ ਤੇ ਉਹਦਾ ਫਿਰ ਇੱਕੋ ਤਰੀਕਾ ਹੁੰਦਾ ਕਿ ਜਿਹੜੇ ਲੋਕਾਂ ਦੇ ਹੱਥਾਂ 'ਚ ਉਸ ਵੇਲੇ ਰਿਕਾਰਡ ਸੀ ਉਹ ਸਾਰੇ ਆ ਕੇ ਸਥਿਤੀਆਂ ਨੂੰ ਫੇਸ ਕਰਨ ਸਾਹਮਣਾ ਕਰਨ ਔਰ ਇਹ ਦੱਸਣ ਕਿ ਇੱਥੇ ਕੀ ਕੁਝ ਹੁੰਦਾ ਰਿਹਾ ਤੇ ਕਿਉਂ ਹੁੰਦਾ ਰਿਹਾ ਕਿਨੇ ਕੀਤਾ ਤੇ ਕਿਉਂ ਕੀਤਾ ਕੌਣ ਕੌਣ ਇਹ ਚ ਹਿਸਾ ਪੱਤੀ ਦਿਵਾਨੀ ਚਵਾਨੀ ਹਟਿਆਨੀ ਲੈ ਗਿਆ ਇਹ ਸਾਰਾ ਕੁਝ ਦੱਸਣਾ ਚਾਹੀਦਾ ਐਸਪਰੇਡ ਰਿਕਾਰਡ ਗੁੰਮ ਹੋਇਆ ਕੋਈ ਫਾਈਲ ਫਾਈਲਾਂ ਨੂੰ ਕੋਈ ਪੈਰ ਨਹੀਂ ਹੁੰਦੇ ਫਾਈਲਾਂ ਦੇ ਪਈਏ ਨਹੀਂ ਹੁੰਦੇ ਆਪਣੇ ਆਪ ਤੁਰ ਕੇ ਕਿਤੇ ਨਹੀਂ ਜਾ ਸਕਦੀਆਂ ਫਾਈਲਾਂ ਨੂੰ ਕੋਈ ਨਾ ਕੋਈ ਉਹ ਬੰਦਾ ਇੱਥੋਂ ਚੁੱਕ ਕੇ ਆਸ-ਪਾਸੇ ਕਰਦਾ ਇਹਨਾਂ ਨੂੰ ਆਪਣੇ ਸਾਹਤ ਤੋਂ ਖਸਕਾਉਂਦਾ ਜਿਹੜੇ ਬੰਦੇ ਨੂੰ ਇਹ ਹੋਵੇ ਕਿ ਆਹ ਫਾਈਲਾਂ ਸਾਹਮਣੇ ਪਈਆਂ ਰਹੀਆਂ ਤੇ ਮੈਂ ਫਸ ਜਾਊਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿੰਨੀਆਂ ਫਾਈਲਾਂ ਨੇ ਇਹਨਾਂ ਸਾਰਿਆਂ ਦਾ ਕੋਈ ਨਾ ਕੋਈ ਰਿਕਾਰਡ ਕਿਤਨਾ ਕਿਤੇ ਹੋਰ ਹੁੰਦਾ ਜਿਹੜਾ ਝੂਠ ਆ ਉਹ ਕਿਤੇ ਨਾ ਕਿਤੇ ਸਾਹਮਣੇ ਆ ਜਣਾ ਤੇ ਉਹਦੇ ਚ ਫਿਰ ਫਸ ਸਕਦੇ ਆ ਜੀ ਤਾਂ ਬਿਲਕੁਲ ਠੀਕ ਹੈ ਪੰਨੂ ਸਾਹਿਬ ਫਾਈਲਾਂ ਦੀਆਂ ਤਾਂ ਕੋਈ ਟਾਇਰ ਨਹੀਂ ਲੱਗੇ ਹੁੰਦੇ ਪਰ ਹੁਣ ਤੁਹਾਨੂੰ ਮੈਂ ਹਰਿਆਣਾ ਲੈ ਕੇ ਜਾਣਾ ਹੈਗਾ ਤੇ ਹਰਿਆਣਾ ਬੜਾ ਰੋਲਾ ਪਿਆ ਹੋਇਆ ਅੱਜਕੱਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਦਿਨੀ ਉੱਚ ਅਦਾਲਤ ਦਾ ਫੈਸਲਾ ਆਂਦਾ ਉਸ ਤੋਂ ਬਾਅਦ ਤਮਾਮ ਤਰ੍ਹਾਂ ਦੇ ਜਿਹੜੇ ਤਰਕ ਵਿਤਰਕ ਉਹ ਦਿੱਤੇ ਵੀ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਵੀ ਹੁਣ ਇੱਕ ਤਰ੍ਹਾਂ ਦੀ ਚਰਚਾ ਤਾਂ ਸੀਗੀ ਉਸ ਤੋਂ ਬਾਅਦ ਦਾਦੂਵਾਲ ਸਾਹਿਬ ਤੇ ਝਿੰਡਾ ਗਰੁੱਪ ਉਹ ਆਪੋ ਆਮੋ ਸਾਹਮਣੇ ਹੋ ਕੇ ਖਿੱਚੋ ਤਾਣ ਵਧੀ ਪਰ ਹੁਣ ਦੁਬਾਰਾ ਫੇਰ ਇਕੱਠੇ ਹੋਏ ਨੇ ਮਤਲਬ ਤੁਸੀਂ ਕਿਵੇਂ ਸਮਝਦੇ ਹੋ ਇਹ ਸਾਰੀ ਕਹਾਣੀ ਨੂੰ ਜਿਹੜਾ ਦੂਰ ਬੈਠ ਕੇ ਕਿਵੇਂ ਸਮਝੀਏ ਇੱਕ ਸਿੱਖ ਕਿਵੇਂ ਦੇਖੇ ਸਾਰੇ ਮਸਲੇ ਨੂੰ ਕੀ ਅਸੀਂ ਕੀ ਕਰ ਰਹੇ ਹਾਂ ਤੇ ਕਿੱਥੇ ਖੜੇ ਹਾਂ ਅਸੀਂ ਦੇਖੋ ਕਿਸੇ ਵਕਤ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਕਰੀ ਜਾਂਦੀ ਸੀ ਜੀ ਬਾਦ ਵਿੱਚ ਕੁਝ ਗੱਲਾਂ ਤੇ મતભੇਦ ਹੋਇਆ ਦਿੱਲੀ ਦੇ ਸਿੱਖਾਂ ਨੇ ਮੰਗ ਕੀਤੀ ਤੇ ਕੇਂਦਰ ਸਰਕਾਰ ਨੇ ਉੱਥੋਂ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਾਤੀ। ਅਕਾਲੀ ਇੱਥੇ ਭੜਕੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਕੀਤਾ ਸੀ। ਇੱਕ ਬੜੇ ਵੱਡੇ ਅਕਾਲੀ ਲੀਡਰ ਨੇ ਆਖਿਆ ਸੀ ਸਾਡੇ ਗੁਰਦੁਆਰਿਆਂ ਤੇ ਮਛੰਦਰ ਬਿਠਾਉਂਦੇ ਆ। ਆ ਲੋਜ ਵਰਤਿਆ ਗਿਆ ਸੀ। ਮਛੰਦਰ। ਪਰ ਉਹਦੇ ਤੋਂ ਬਾਅਦ ਉਹੋ ਜਿਹੜੇ ਅਕਾਲੀ ਸੀ ਪੰਜਾਬ ਦੇ ਕਹਿੰਦੇ ਸੀ ਅਸੀਂ ਉੱਥੇ ਵੜਨਾ ਨਹੀਂ। ਇਉਂ ਉੱਥੇ ਜਾ ਕੇ ਦਖਲ ਦੇਣ ਲੱਗ ਪਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਪਣੇ ਬੰਦੇ ਖੜੇ ਕਰਕੇ ਚੋਣਾਂ ਲੜਾਉਣ ਲੱਗ ਪਏ ਚੋਣਾਂ ਤੋਂ ਇਲਾਵਾ ਵੀ ਆਪੋ ਚ ਚੜਾਉਣ ਲੱਗ ਪਏ ਜੀ ਅੱਜ ਉਹ ਲੜਦੇ ਆ ਭਲਕੇ ਇਕੱਠੇ ਹੋ ਜਾਂਦੇ ਪਰਸੋਂ ਫੇਰ ਲੜ ਪਿੰਦੇ ਹੁਣ ਉਹ ਕੁਝ ਹਰਿਆਣਾ ਚੱਲਦਾ ਪਿਆ ਹਰਿਆਣੇ ਦੇ ਸਿੱਖਾਂ ਦੀ ਮੰਗ ਸੀ ਕਿ ਇੱਥੇ ਗੁਰਦੁਆਰਾ ਕਮੇਟੀ ਵੱਖਰੀ ਚਾਹੀਦੀ ਆ ਹਰਿਆਣੇ ਦੇ ਸਿੱਖ ਸਰਦਾਰਾਂ ਦੇ ਪੈਸੇ ਮੱਥਾ ਟੇਕਦੇ ਸਨ ਉਹ ਪੈਸੇ ਚੜਾਵਾ ਸਾਰਾ ਉੱਥੋਂ ਪੰਜਾਬ ਨੂੰ ਆ ਜਾਂਦਾ ਸੀ ਹਰਿਆਣੇ ਦੇ ਸਿੱਖ ਉੱਥੇ ਜਿਹੜੇ ਗੁਰਦੁਆਰੇ ਸੀ ਉਹਨਾਂ ਦੀ ਸੇਵਾ ਵਾਸਤੇ ਸੇਵਾਦਾਰ ਤੇ ਪ੍ਰਬੰਧਕ ਇਥੋਂ ਪੰਜਾਬ ਤੋਂ ਭੇਜੇ ਜਾਂਦੇ ਸੀ ਉਥੋਂ ਨਾਲ ਨਹੀਂ ਸਿਖਾਇੰਦਾ ਹਰਿਆਣੇ ਦੇ ਲੋਕਾਂ ਨੇ ਜਿਹੜੇ ਬੰਦੇ ਨੂੰ ਸ਼੍ਰੋਮਣੀ ਕਮੇਟੀ ਚੋਣਾਂ 'ਚ ਹਰਾਤਾ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਅਹੁਦੇਦਾਰ ਹਰ ਵਾਰੀ ਬਣਾਇਆ ਜਾਂਦਾ ਸੀ ਉਥੋਂ ਦੀ ਮੰਗ ਸੀ ਲੋਕਾਂ ਦੀ ਉਹ ਪ੍ਰਵਾਨ ਹੋ ਗਈ ਇਹਨਾਂ ਨੇ ਚੁਣੌਤੀ ਦਿੱਤੀ ਸੁਪਰੀਮ ਕੋਰਟ ਨੇ ਉਹ ਕੇਸ ਜਿਹੜਾ ਸੀ ਰੱਦ ਕਰਤਾ ਇਹਨਾਂ ਦਾ ਤੇ ਅਲਟੀਮੇਟਲੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇ ਦਿੱਤੀ ਇਹਦੇ ਤੋਂ ਬਾਅਦ ਜਿਹੜਾ ਬਲਜੀਤ ਸਿੰਘ ਦਾਦੂਆ ਸੰਤ ਉਥੇ ਸਾਰੀ ਜਲਾਈ ਦੀ ਅਗਵਾਈ ਕਰਦਾ ਰਿਹਾ ਉਹਨੂੰ ਹਟਾ ਕੇ ਤੇ ਜਗਦੀਸ਼ ਸਿੰਘ ਢਿੰਡਾ ਹੋਰਾਂ ਨੇ ਆਪ ਪ੍ਰਧਾਨਗੇ ਸਾਹਮਣੇ ਜਾਪਣ ਲੱਗ ਪਏ ਕਿ ਲੜਪੇ ਲੜਪੇ ਕੱਲ ਫੇਰ ਇਕੱਠੇ ਹੋ ਗਏ ਆ ਕਿੰਨੇ ਦਿਨਾਂ ਲਈ ਇਕੱਠੇ ਹੋਏ ਮੈਨੂੰ ਪਤਾ ਨਹੀਂ ਪਰ ਇੱਕ ਵਾਰੀ ਉਹਨਾਂ ਦਾ ਇਕੱਠੇ ਹੋਣਾ ਜਿਹੜੀ ਲੀਡਰਸ਼ਿਪ ਅਮਰitsar ਚ ਬੈਠੀ ਇਹਨੂੰ ਚੁਣੌਤੀ ਦਿੰਦੀ ਆ ਉਹਦੇ ਵਾਸਤੇ ਚਿੰਤਾ ਦਾ ਵਿਸ਼ਾ ਹੋ ਸਕਦਾ ਹਰਿਆਣੇ ਦੇ ਲੋਕ ਚਾਹੁੰਦੇ ਆ ਕਿ ਦੋਵੇਂ ਮਿਲ ਕੇ ਚੱਲਣ ਜੀ ਪਰ ਉਹ ਸਭ ਤੁਸੀਂ ਤਕਨੀਕ ਤੇ ਮਾਧਿਅਮ ਜ਼ਰੀਏ ਸਾਡੇ ਨਾਲ ਇਕੱਠੇ ਹੋਏ ਜੁੜ ਕੇ ਬੈਠ ਕੇ ਕੋਈ ਵਿਚਾਰਾ ਹੋਈਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਲਾਂ ਦੇ ਜਵਾਬ ਦਿੱਤੇ ਬਹੁਤ ਬਹੁਤ ਜੀ ਮਿਹਰਬਾਨ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਸੋ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਪ੍ਰੋਗਰਾਮ ਦੇ ਵਿੱਚ ਅੱਜ ਇੰਨਾ ਹੀ ਜੇ ਤੁਹਾਡੀ ਕੋਈ ਇਸ ਪ੍ਰੋਗਰਾਮ ਮਤਲਕ ਕੋਈ ਟਿੱਪਣੀ ਹੁੰਦੀ ਹੈ ਕੋਈ ਸਵਾਲ ਹੁੰਦਾ ਤਾਂ ਜ਼ਰੂਰ YouTube ਦੇ ਜੇ ਤੁਸੀਂ YouTube ਤੋਂ ਦੇਖ ਰਹੇ ਹੋ ਤਾਂ ਉੱਥੇ ਕਮੈਂਟ ਕਰਕੇ ਜ਼ਰੂਰ ਸਾਨੂੰ ਦੱਸਿਓ ਫਿਲਹਾਲ ਮੈਨੂੰ ਅਨੰਤਪ੍ਰੀਤ ਸਿੰਘ ਨੂੰ ਦੋ ਇਜਾਜ਼ਤ ਵਿਖਦਰੋ ਪ੍ਰਾਈਮੇਸ਼ੀਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ